ਤਾਂ ਕੇਜਰੀਵਾਲ ਦੇ ਐਲਾਨਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੀ ਸਾਹਮਣੇ ਆਇਆ ਤੇ ਬਿਕਰਮ ਸਿੰਘ ਮਜੀਠੀਆ ਨੇ ਇਹਨਾਂ ਸਾਰੇ ਐਲਾਨਾਂ ਨੂੰ ਇੱਕ ਇੱਕ ਕਰਕੇ ਜਿਹੜੇ ਸਵਾਲ ਚੁੱਕੇ ਨੇ ਅਰਵਿੰਦ ਕੇਜਰੀਵਾਲ ਦੇ ਐਲਾਨਾਂ ਤੇ ਅਕਾਲੀ ਦਲ ਨੇ ਨਿਸ਼ਾਨਾ ਸਾਧਿਆ ਦਲਿਤ ਭਾਈਚਾਰੇ ਨੂੰ ਅਕਾਲੀ ਸਰਕਾਰ ਵੱਲੋਂ ਦਿੱਤੀ 200 ਯੂਨਿਟ ਮੁਫਤ ਬਿਜਲੀ ਖਤਮ ਕਰਨ ਦੇ ਐਲਾਨ ਤੇ ਕੇਜਰੀਵਾਲ ਨੂੰ ਅਕਾਲੀ ਦਲ ਨੇ ਘੇਰਿਆ ਕੇਜਰੀਵਾਲ ਦੇ 300 ਤੋਂ ਵੱਧ ਯੂਨਿਟ ਦੀ ਖਪਤ ਤੇ ਪੂਰਾ ਬਿੱਲ ਭਰਨ ਦੇ ਐਲਾਨ ਦੇ ਨਾਲ ਲੋਕਾਂ ਦਾ ਕਚੁੰਬਰ ਨਿਕਲੇਗਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਉਹਨਾਂ ਕਿਹਾ ਕਿ ਦਿੱਲੀ 'ਚ 200 ਯੂਨਿਟ ਮਾਫ ਕਰਨ ਵਾਲੇ ਕੇਜਰੀਵਾਲ ਦਾ ਪੰਜਾਬ 'ਚ 300 ਯੂਨਿਟ ਦਾ ਐਲਾਨ ਜਿਹੜਾ ਹੈ ਉਹ ਚੋਣ ਜੁਮਲਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਪਹਿਲਾਂ ਹੀ 24 ਘੰਟੇ ਬਿਜਲੀ ਸੂਬੇ ਦੀ ਜਨਤਾ ਨੂੰ ਦਿੱਤੀ ਹੈ ਤੇ ਜਿਹੜਾ ਉਹਨਾਂ ਨੇ ਕਿਹਾ ਕਿ 6 ਸਾਲਾਂ 'ਚ 6500 ਕਰੋੜ ਬਿਜਲੀ ਸਬਸਿਡੀ ਉਹਨਾਂ ਨੇ ਦਿੱਤੀ ਹੈ ਦਿੱਲੀ ਵਿੱਚ ਇਹ ਦਾਅਵੇ ਉਹਨਾਂ ਨੇ ਖੋਖਲੇ ਦੱਸੇ ਨੇ ਉਹਨਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਸਰਕਾਰ ਵੇਲੇ ਹੀ ਕਿਸਾਨਾਂ ਨੂੰ 10000 ਕਰੋੜ ਦੀ ਸਬਸਿਡੀ ਜਿਹੜੀ ਹੈ ਉਹ ਦਿੱਤੀ ਜਾਂਦੀ ਰਹੀ ਹੈ ਇੱਥੇ ਆਏ ਕੇਜਰੀਵਾਲ ਸਾਹਿਬ ਗੱਲਾਂ ਬੜੀਆਂ ਕੀਤੀਆਂ ਮਗਰ ਅਸਲੀ ਗੱਲ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਮਗਰ ਤੁਸੀਂ ਫਸਾ ਲਿਆ ਇਹ ਉਹਨਾਂ ਦਾ ਕਾਗਜ਼ ਹੈ ਦਿਸ ਇਜ਼ ਦਾ ਕਾਗਜ਼ ਆ ਪਤਾ ਨਹੀਂ ਉਹਦੇ 'ਚ ਚੜ੍ਹਾਇਆ ਕਿ ਨਹੀਂ ਆ ਦਿਖਾ ਦਿਓ ਮਾੜਾ ਜਿਹਾ ਇਹ ਟੈਰਿਫ ਦਾ ਉਹਨਾਂ ਦਾ ਦਿੱਲੀ ਦਾ ਕਾਗਜ਼ ਆ ਮੈਂ ਚੜ੍ਹਾ ਇਹਦੇ 'ਚ ਨਹੀਂ ਜੇ ਇਹਨੂੰ ਚੜ੍ਹਾ ਦਿਓ ਨਹੀਂ ਦੂਜੇ ਬਿੱਲ ਚੜ੍ਹਾਇਆ ਉਹ ਵੀ ਮੈਂ ਦਿਖਾ ਦਿੰਦਾ ਹੁਣ ਇਹਦੇ 'ਚ ਦੇਖਿਓ ਕੀ ਹੈ ਮੈਂ ਪੜ੍ਹ ਦਿੰਦਾ ਕਿ ਜੇ ਤੁਹਾਡੇ 200 ਯੂਨਿਟ ਦੇਖੋ ਬੜੀ ਚਲਾਕੀ ਹੁਸ਼ਿਆਰੀ ਵੇਖੋ ਫੇਰ ਵੇਖੋ ਚਲਾਕ ਬੱਲੇ ਵਿੱਚ ਚਲਾਕ ਸੱਜਣਾ ਚਲਾਕ ਲੂੰਬੜੀ ਨੇ ਤਾਂ ਚਲਾਕ ਹੀ ਰਹਿਣਾ ਉਹਨੇ ਤੜੀ ਬਦਲ ਜਾਣਾ ਦਿੱਲੀ 200 ਯੂਨਿਟ ਮਾਫ ਹੈ ਮਗਰ ਪੰਜਾਬ 'ਚ ਕਿਉਂਕਿ ਪਹਿਲਾਂ ਹੀ ਤੋਂ ਬਾਦਲ ਸਾਹਿਬ ਨੇ 200 ਯੂਨਿਟ ਮਾਫ ਕੀਤੇ ਸੀ ਅਤੇ ਉਹ ਨਾਲ ਦੇ ਜਿਹੜੇ ਆਪਦੇ ਤੇ ਕਰੀਮਾ ਸ਼ਰੀਮਾ ਲਾਉਂਦੇ ਆ ਉਹਨਾਂ ਨੇ ਆਖਿਆ ਜੇ ਇੱਥੇ ਆ ਕੇ 200 ਦੀ ਗੱਲ ਕੀਤੀ ਨਾ ਤਾਂ ਕੱਖ ਨਹੀਂ ਬਣਨਾ ਅੱਗੇ 8-10 ਭੱਜ ਗਏ ਆ ਜਿਹੜੇ 2-4 ਰਹਿੰਦੇ MLA ਵੀ ਭੱਜ ਜਾਣੇ ਉਹਨੇ ਕੰਮ ਥੋੜ੍ਹਾ ਆਪਦਾ ਤਬਦੀਲੀ ਕਰ ਦਿੱਤੀ ਕਿ ਨਹੀਂ ਜੀ ਇੱਥੇ 300 ਦੇਵਾਂਗੇ ਤੁਸੀਂ ਇੱਕ ਗੱਲ ਮੈਨੂੰ ਦੱਸੋ ਤੁਸੀਂ ਜੇ ਸਟੇਟ ਦੇ ਮੁੱਖ ਮੰਤਰੀ ਹੋ ਹੁਣ ਦਿੱਲੀ ਵਾਲਿਆਂ ਨੇ ਪੁੱਛਣਾ ਕਿ ਮੁੱਖ ਮੰਤਰੀ ਅਸੀਂ ਤੈਨੂੰ ਬਣਾਉਂਦੇ ਹਾਂ ਅਤੇ ਦਿੱਲੀ ਨੂੰ ਤਾਂ 200 ਮਾਫ ਹੈ ਅਤੇ ਪੰਜਾਬ ਜਿੱਥੇ ਤੂੰ ਇਕੱਲੀ ਇਲੈਕਸ਼ਨ ਜਿੱਤਣ ਦੀ ਖਾਤਰ ਕਿਉਂਕਿ ਕੇਜਰੀਵਾਲ ਨੂੰ ਵੀ ਸਮਝ ਇੰਨੀ ਤਾਂ ਦੇਖੋ ਐਡਾ ਵੀ ਭੋਲਾ ਪੰਛੀ ਨਹੀਂ ਆ ਉਹਨੂੰ ਵੀ ਸਮਝ ਆਉਂਦੀ ਹੈ ਜਿੱਤਣਾ ਮੈਂ ਹੈ ਨਹੀਂ ਇੱਥੇ ਕਹਿ ਜਾਂਦਾ ਅਤੇ ਕਿਹੜਾ ਜਿੱਤਣਾ ਹੈ ਨਹੀਂ ਮੁੜ ਕੇ ਦੇਣੇ ਤਾਂ ਪੈਣੇ ਨਹੀਂ ਦੋ ਬਿੱਲ ਨੇ ਜੀ ਮੈਂ ਇੱਕ ਉੱਥੇ ਹੈ ਟਾਟਾ ਪਾਵਰ ਇੱਕ ਉੱਥੇ ਹੈ BSEC ਪਾਵਰ 3-4 ਕੰਪਨੀਆਂ ਨੇ ਇਹਨਾਂ ਦੀਆਂ ਮੈਂ ਉਹ ਦੱਸਦਾ 25/12/2020 27/11/2020 ਯੂਨਿਟ ਕੰਜ਼ਿਊਮਡ 343 ਇਹਦੇ 'ਚ ਟੋ ਬਿੱਲ ਜਦ ਤੱਕ ਤਾਂ 200 ਯੂਨਿਟ ਸੀ ਤਦ ਤੱਕ ਤਾਂ ਕੁਛ ਨਹੀਂ ਜੇ 200 ਤੋਂ ਵੱਧ ਚਲੇ ਗਿਆ ਤਾਂ ਇਹਦਾ ਬੰਦੇ ਦਾ ਬਿੱਲ ਆਇਆ 1821 ਪਰ ਯੂਨਿਟ 5.30 ਰੁਪਏ ਇਹ ਬਿੱਲ ਨੂੰ ਰੇਟ ਲੱਗਿਆ ਜਿਹੜਾ ਮੈਂ ਤੁਹਾਨੂੰ ਵਿਖਾਉਣਾ ਚਾਹ ਰਿਹਾ ਕਿ ਉਹਨੂੰ 200 ਯੂਨਿਟ ਨਹੀਂ ਫਿਰ ਉਹਨੂੰ 343 ਯੂਨਿਟ ਜਿਹੜੇ ਵਰਤੇ ਆ ਉੱਥੇ ਸਾਰੇ 'ਤੇ ਬਿੱਲ ਆ ਗਿਆ ਅਤੇ 5.30 ਰੁਪਏ ਉਹਦਾ ਬਿੱਲ ਬਣਿਆ ਆਹ ਦੂਜਾ ਬਿੱਲ ਹੈ ਜੀ ਆਹ ਦੂਜਾ ਬਿੱਲ ਹੈ ਜੀ ਉਹ ਤਾਂ ਉੱਤੋਂ ਵੀ ਤਾਜ਼ਾ ਹੈ ਬਿੱਲ ਡੇਟ ਹੈ 11/12/2020 ਔਰ ਇਹਦੇ 'ਚ ਜਿਹੜਾ ਟੋਟਲ ਬਿੱਲ ਆਇਆ ਕਿਉਂਕਿ ਉਹਨੇ ਟੋਟਲ ਯੂਨਿਟਸ ਕੰਜ਼ਿਊਮ ਕਰ ਲਏ 472 ਉਹਦਾ ਬਿੱਲ ਆ ਗਿਆ ਜੀ 2819 ਰੁਪਈਏ ਮੈਂ ਦੋਵੇਂ ਬਿੱਲਾਂ ਦੀ ਕਾਪੀ ਦੇ ਰਿਹਾ ਕੋਈ ਤਾਜ਼ੀ ਗੱਲ ਕਰ ਰਿਹਾ ਕਿ ਜੇ 200 ਯੂਨਿਟ ਤੋਂ ਵੱਧ ਕੋਈ ਕੰਜ਼ਿਊਮ ਕਰ ਦੂ ਅਤੇ ਉਹਨੂੰ ਬਿੱਲ ਪੂਰਾ ਲੱਗ ਜੂ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਸਮਝ ਆ ਜਾਣੀ ਚਾਹੀਦੀ ਕਿ ਕੇਜਰੀਵਾਲ ਸਾਹਿਬ ਆਏ ਔਰ ਇਹ ਦੱਸਤੀ ਕਿ ਜੇ ਕਿਤੇ ਝਾੜੂ ਨੂੰ ਵੋਟ ਪੈ ਗਈ ਤਾਂ ਹਾਲੇ ਤਾਂ ਕੁਛ ਮਾਫ ਹੋਈ ਜਾਂਦਾ ਹੁਣ ਪੂਰਾ ਹੀ ਬਿੱਲ ਲੱਗੂ ਜਿਵੇਂ ਦਿੱਲੀ ਵਾਲਿਆਂ ਦਾ ਕਚੁੰਬੜ ਕੱਢਦੇ ਉਸ ਤਰ੍ਹਾਂ ਪੰਜਾਬ ਵਾਲਿਆਂ ਦਾ ਵੀ ਕੱਢਾਂਗੇ ਕਿ ਮਾਫੀ ਕੋਈ ਨਹੀਂ ਬਾਦਲ ਸਾਹਿਬ ਨੇ ਐਗਰੀਕਲਚਰ ਕਿਉਂਕਿ ਪੰਜਾਬ ਐਗਰੀਕਲਚਰ ਸੂਬਾ ਪਹਿਲਾਂ ਅਸੀਂ ਐਗਰੀਕਲਚਰ ਸਬਸਿਡੀ ਸ਼ੁਰੂ ਕੀਤੀ ਫਿਰ SC BC BPL ਫੈਮਿਲੀ ਦੀ ਸਬਸਿਡੀ ਸ਼ੁਰੂ ਕੀਤੀ ਅਤੇ ਜੇ ਸਾਰੀ ਇੰਡਸਟਰੀ ਅਤੇ ਸਾਰੀ ਸਬਸਿਡੀਜ਼ ਦਾ ਬਿੱਲ ਦਾ ਹਿਸਾਬ ਲਾਈਏ ਕੋਈ 10,668 ਰੁਪਈਏ 10,668 ਰੁਪਈਏ ਸਾਲਾਨਾ ਸਬਸਿਡੀ ਪੰਜਾਬੀਆਂ ਨੂੰ ਦਿੱਤੀ ਜਾ ਰਹੀ ਹੈ ਅਤੇ ਤੁਸੀਂ ਐਵਰੇਜ ਵੇਖ ਲਓ ਦਿੱਲੀ ਦੀ ਕੀ ਹੈ
आ मैं कढ़ी है आर टी आई के थ्रू कढ़ के लियाया। दिल्ली ने छे साल च वो 13-14 च 62 करोड़, 621 करोड़, 14-15 च 301 करोड़, 15-16 च 1427 करोड़, 16-17 च 1277 करोड़, 17-18 च 1276 करोड़, 18-19 च 1691 करोड़, और जे दा टोटल जोर लाइए इन्हों का 6 साल का इन्होंने 6595 करोड़, 6595 करोड़ रुपया कुल सबसिडी दिती है। यदा मतलब की निकलिया कि दिल्ली च एवरेज 1100 अप एवरेज सालाना 1100 करोड़ की सबसिडी दे रही है, जेड़ा एक महीने च पंजाब च अज दी नहीं बादल साहब वेले तो दिती जांदी सी। और जे मैं ट्यूबवैलों का तो बाकी सबसिडी का कुल जोड़ लाव 1997 तो हुण तक कोई 90,000 तो 1,00,000 करोड़ की सबसिडी पंजाब के खजाने चो पंजाब के लोगों के भले लिए जा चुकी है, जबकि केजरीवाल साहब का जोर लाओ 6 साल का तो 6500 करोड़ भी नहीं बन रहा। कहन का भाव दैट यू कैन नॉट फूल द पीपल लाइक दिस। इंडस्ट्रियल पावर पंजाब नालों महंगी, कमर्शियल पावर पंजाब नालों महंगी, इंडस्ट्रियल मीडियम स्केल स्मॉल स्केल लार्ज स्केल तीनों पंजाब नालों महंगिया ने। अज किसी ने सवाल पूछा कि एग्रीकल्चर का उत्थे की है, तो केजरीवाल साहब ने कहता जी एग्रीकल्चर का शायद, पहला तो क्या मैं पता नहीं, फिर कहता शायद फ्री है। आ लो आ डॉक्यूमेंट है जी, आ ताज़ा डॉक्यूमेंट है, ये लिखा 1.5 रुपये पर किलोवाट, और जे 1.5 रुपये पर किलोवाट उत्थे फार्मर कोई ज़्यादा नहीं, फार्मर कुल मैं लगता सारे दिल्ली च किन्ने होने खेती तो करते नहीं, उत्थे तो कमर्शियल काम ही है। जिहड़ी सब तो वध काम है उत्थे कमर्शियल, उहदी बिजली सब तो महंगी, जिहड़ी नूं सब तो वध सबसिडी चाहीदी सी दुकानदारां नूं, सब तो वध बोझ उत्थे दुकानदारां नूं ते घर वालिआं नूं पाया होया। और जे इहदे हिसाब नाल नॉर्मल मोटर एक 20 हॉर्स पावर की मोटर होंदी है, इन्हां दे फिक्स चार्ज ही 2,1875 रुपये तो फिक्स चार्ज लैणगे जे इन्हां दी सरकार बन गई पंजाब च, ते बाकी उहदे उत्तों दी 1,000-1,500 रुपये मोटर का बिल इन्हों भरना पैना। जे यही रेट मैं इन्हों का चार्ट लैके रखा, इंपलॉयमेंट का आर टी आई की इनफॉर्मेशन है कि 16 च इन्ह ने किन्या नौकरी दिती, कैप्टन ने तो घर घर देती ना, है ये भी नहीं पिछे नहीं लेते दिल आई है, इन्हें 102 बंदियां देती, 17 च किन्यान देती पुछो कुछ हिसाब ला सकते हो, 66 बंदियां, 66 छोटा फिगर नहीं बई, 66 बड़ी होंगी है, 2018 च किन्नी देती 46 बंदियां नौकरी, 46 डोंट इट इज नॉट स्मॉल फिगर्स। और जेड़ा ये करते होंगे ना कि साडा महला क्लीनिक, हुण नहीं गल करदा महला क्लीनिक, की महला क्लीनिक दिल्ली च वेखो जो हाल कोविड का होया, महला क्लीनिक का उन्होंने कढ़ ही दिता आपदी स्कीम तो बाहर। मैं अज आर टी आई कढ़ के लैके आया 470 महला क्लीनिक कहिंदे असीं बनाए सी, ऑफिशियल डाटा आ गया कि 280 बंद हो गए। और जो हाल दिल्ली च कोविड दौरान डैथ रेट का, ऑक्सीजन नहीं मिलना लोगों नू, ICU बैड्स नहीं मिलने, ऑक्सीजन की जो धांधली हुई क्योंकि फेलियर सामने निकल के आया, हुण अज हैल्थ की यह गल नहीं कर। अज मैं तुहानूं दावे नाल कहना फैसला तो आऊगा क्योंकि ये सुखबीर जी अनाउंसमेंट करेंगे, बट मैं गारंटी दिना पंजाबियों नूं कि बादल साहब ने पहला करके विखाया। और दो चीज़ां सुखबीर जी ऑलरेडी कह चुके हैं कि असी बिजली दे बिल जिहड़े साढ़े वेले 4 रुपये 4.5 रुपये के नेड़े तेड़े होंदे सी, अज वध के 10 रुपये कांग्रेस दे सरकार ने करते, इन्हां नूं असी हाफ तो थले लै जांगे। और दूजी गल हुण हर हाउसहोल्ड लई बिजली दे यूनिट माफ होणगे, इहदा बड़ी छेती वड्डे प्लैन नाल पार्टी दे प्रधान साहब इहनूं दसणगे। और आई एम फुली कॉन्फिडेंट, और जो ट्रैक रिकॉर्ड है हिस्टरी है कि जो सुखबीर जी बादल साहब ने कहा है उहनूं पूरा करके विखाया। और कोई चोर मोरी नहीं केजरीवाल वांगू कि एक हो गया तो फिर 300 दे पूरे 301 दे देने पैणे, इहो जिहा काम नहीं करनगे। साफ मतलब ब्लैक एंड वाइट च होगा की सबसिडी है तो की नहीं है।